ਸੋ ਜਿੱਥੇ ਇਹਨਾਂ ਦਿਨਾਂ 'ਚ ਕਰੋਨਾ ਮਹਾਮਾਰੀ ਲਗਾਤਾਰ ਫੈਲ ਰਹੀ ਹੈ ਉੱਥੇ ਜੇਕਰ ਗੱਲਬਾਤ ਕੀਤੀ ਜਾਏ ਤਾਂ ਹਰੇਕ ਵਰਗ ਪ੍ਰਭਾਵਿਤ ਹੈ ਖਾਸ ਤੌਰ ਤੇ ਗਾਇਕੀ ਇੰਡਸਟਰੀ ਜਾਂ ਫਿਲਮ ਇੰਡਸਟਰੀ ਪ੍ਰਭਾਵਿਤ ਹੈ ਕਿਉਂਕਿ ਇਸ ਕਿੱਤੇ ਦੇ ਨਾਲ ਜੁੜੇ ਹੋਏ ਬਹੁਤ ਲੋਕ ਹੁੰਦੇ ਨੇ ਜੋ ਕਿ ਜਿਨ੍ਹਾਂ ਦਾ ਕੰਮਕਾਜ ਹੁਣ ਛੁੱਟ ਗਿਆ ਤਾਂ ਇਸੇ ਸੰਦਰਭ ਦੇ ਵਿੱਚ ਕਈ ਅਜਿਹੇ ਚਿਹਰੇ ਵੀ ਨੇ ਜੋ ਅੱਗੇ ਆਉਂਦੇ ਨੇ ਉਹਨਾਂ ਲੋਕਾਂ ਦੀ ਮਦਦ ਕਰਦੇ ਨੇ ਜੋ ਕਹਿ ਸਕਦੇ ਆਂ ਕਮਕਾਰ ਤੋਂ ਲਾਂਬੇ ਹੋ ਚੁੱਕੇ ਨੇ ਸਾਡੇ ਨਾਲ ਪ੍ਰਸਿੱਧ ਜੋ ਪੰਜਾਬੀ ਗਾਇਕ ਨਿੰਜਾ ਮੌਜੂਦ ਨੇ ਨਿੰਜਾ ਜੀ कोरोना महामारी लगातार फैल रही है ਤੁਹਾਡੇ ਵੱਲ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਅੱਜ ਖਾਸ ਤੌਰ ਤੇ ਕੀ ਵਿਸ਼ੇਸ਼ ਉਪਰਾਲਾ ਕੀਤਾ ਗਿਆ ਮੇਰੇ ਵੱਲੋਂ ਤਾਂ ਸਿਰਫ ਕੋਸ਼ਿਸ਼ ਕੀਤੀ ਜਾ ਸਕਦੀ ਜੀ ਮੈਂ ਇਨਸਾਨੀਅਤ ਮੇਰੇ ਲਈ ਸਭ ਤੋਂ ਵੱਡਾ ਧਰਮ ਹੈ ਔਰ ਮੈਨੂੰ ਲੱਗਦਾ ਹੋਊਗਾ ਵੀ ਜੇ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਪ੍ਰੋਬਲਮ ਹੈ ਜਾਂ ਤੁਸੀਂ ਕਿਤੇ ਉਹ ਥੋੜਾ ਜਿਹਾ ਉੱਚ ਨੀਚੇ ਹੈ ਲਾਈਫ ਦੇ ਵਿੱਚ ਜਾਂ ਮੈਂ ਤੁਹਾਡੇ ਕਿਤੇ ਕੰਮ ਆ ਸਕਦਾ ਤੇ ਮੇਰੀ ਤਾਂ ਕੋਸ਼ਿਸ਼ ਆ ਔਰ ਸ਼ਾਨੀ ਖਾਲਸਾ ਜਿੱਥੇ ਅਸੀਂ ਅੱਜ ਆਏ ਹਾਂ ਇੱਥੇ ਤਾਂ ਸਿਰਫ ਵਾਈ ਗੁਰੂ ਦਾ ਜਿਵੇਂ ਕਹਿ ਸਕਦਾ ਵੀ ਉਸ ਪਰਮਾਤਮਾ ਦਾ ਲੰਗਰ ਚੱਲਦਾ ਪਿਆ ਜਿਹਦੇ ਵਿੱਚ ਮੈਨੂੰ ਵੀ ਹਿੱਸਾ ਪਾਉਣ ਦਾ ਮੌਕਾ ਮਿਲਿਆ ਔਰ ਇਹਦੇ ਵਿੱਚ ਕਿਟਸ ਜਿਹੜੀਆਂ ਬਣਾ ਇਹਨਾਂ ਨੇ ਰੈਡੀ ਕੀਤੀਆਂ ਨੇ 100 ਪਿੰਡਾਂ ਦੇ ਵਿੱਚ ਜਾ ਰਹੀਆਂ ਨੇ ਔਰ ਮਲੇਰਕੋਟਲਾ ਤਰਨਤਾਰਨ ਲੁਧਿਆਣਾ ਇਹਨਾਂ ਦੇ ਕੈਂਪ ਲੱਗੇ ਹੋਏ ਨੇ ਜਿੰਨਾ ਵੀ ਜੋ ਵੀ ਚੀਜ਼ਾਂ ਨੇ ਮੈਡੀਸਿਨ ਤੋਂ ਲੈ ਕੇ ਸੈਨੀਟਾਈਜ਼ਰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਨਹੀਂ ਹੈਗੀ ਉਹ ਅਵੇਅਰ ਵੀ ਕਰ ਰਹੇ ਨੇ ਲੋਕਾਂ ਨੂੰ ਜਾ ਕੇ ਤੇ ਇਸ ਚੀਜ਼ ਦਾ ਮਹਿੰਦ ਦਾ ਅਸੀਂ ਹਿੱਸਾ ਬਣਿਆ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਲੇਕਿਨ ਸਰਕਾਰ ਦੇ ਰਵਈਏ ਨੂੰ ਕਿਦਾਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਕਰੋਨਾ ਲਗਾਤਾਰ ਫੈਲ ਰਿਹਾ ਤਾਂ ਦੂਸਰੇ ਪਾਸੇ ਅੜੀਲ ਰਵਈਆ ਤੁਹਾਨੂੰ ਨਹੀਂ ਲੱਗ ਰਿਹਾ ਕਿ ਕਿਤੇ ਨ ਕਿਤੇ ਜਦੋਂ ਹਰੀ ਕ੍ਰਾਂਤੀ ਦਾ ਦੌਰ ਸੀ ਤਾਂ ਖਾਸ ਤੌਰ ਤੇ ਪੰਜਾਬ ਦੇ ਕਿਸਾਨ ਨਹੀਂ ਪੂਰੇ ਦੇਸ਼ ਦਾ ਜੋ ਢੱਡਪਰਾ ਸੀ ਤਾਂ ਅੱਜ ਉਹਨਾਂ ਨੂੰ ਹੀ ਮੁਨਕਰ ਕੀਤਾ ਜਾ ਰਿਹਾਣ ਗੋਲੀਆਂ ਕੀਤਾ ਜਾ ਰਿਹਾ ਦੇਖੋ ਸਾਡੇ ਨਾਲ ਵੱਧ ਪਾਵਰ ਤੁਹਾਡੇ ਕੋ ਇਹ ਸਰਕਾਰ ਨੂੰ ਤੁਸੀਂ ਇਹ ਮੈਂਕ ਮੇਰੇ ਵੱਲ ਨੂੰ ਖਛੜ ਕੇ ਸਰਕਾਰ ਨਾਲ ਕਰ ਲੋ ਤੁਹਾਨੂੰ ਡਾਇਰੈਕਟ ਮਿਲ ਜੇਗਾ ਮੈਂ ਟਿੱਪਣੀ ਕਰੂੰਗਾ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਐਸ ਵੇਲੇ ਬੌਲੇ ਤਾਂ ਹੋ ਰੱਖੇ ਨੇ ਅੰਨੇ ਬੌਲੇ ਹੋ ਰੱਖੇ ਨੇ ਤੇ ਮੈਂ ਕੋਈ ਐਵੇਂ ਮੇਰੀ ਜਿੰਨੀ ਉਮਰ ਵੀ ਨਹੀਂ ਉਹਨਾਂ ਤਜਰਬਾ ਨਹੀਂ ਮੈਂ ਉਹਨੂੰ ਛੇੜ ਕੇ ਕਹਾ ਵੀ ਤੂੰ ਕੌਣ ਹੈ ਅਸੀਂ ਕੀ ਕਰ ਸਕਦੇ ਆ ਆਪਣੀ ਹਿੰਮਤ ਦੇਖੋ ਤੁਹਾਨੂੰ ਮੈਂ ਸਵਾਲ ਨਹੀਂ ਕਰ ਸਕਦਾ ਪਰ ਮੈਂ ਉਹ ਉਹ ਜ਼ਰੂਰ ਕਰ ਸਕਦਾ ਜੋ ਮੇਰੇ ਮਨ ਦੇ ਵਿੱਚ ਆ ਤੁਸੀਂ ਮੈਨੂੰ ਕੋਈ ਗੱਲ ਕਹੀ ਮੈਂ ਤੁਹਾਨੂੰ ਸਟ੍ਰੇਟ ਫਾਰਵਰਡ ਇੱਕ ਚੀਜ਼ ਕਹੇ ਤੇ ਵੀ ਹੋਮਵਰਕ ਕਰ ਲਿਆ ਕਰੋ ਜੀ ਆਹ ਚੀਜ਼ ਹੈ ਇਹ ਮੇਰਾ ਜਵਾਬ ਹੈ ਕਿਉਂਕਿ ਮੈਂ ਤੁਹਾਨੂੰ ਕਰ ਸਕਦਾ ਪਰ ਜਿਹੜੇ ਅੰਨੇ ਬੋਲੇ ਨੇ ਜਿਹੜੇ ਜਿਨ੍ਹਾਂ ਨੇ ਇੰਨਾ ਇੰਨੇ ਪਰਿਵਾਰ ਮਰਵਾਤੇ ਉਹਨਾਂ ਵੱਲੇ ਨਹੀਂ ਉਹਨਾਂ ਨੂੰ ਸੁਰਤਾ ਹੀ ਹੈਗੀ ਤੇ ਹਜੇ ਤੁਹਾਨੂੰ ਲੱਗਦਾ ਵੀ ਅਸੀਂ ਉਹਨਾਂ ਦੀ ਆਸ ਲਈ ਬੈਠੇ ਹਾਂ ਵੀ ਉਹ ਕੀ ਕਰਨਗੇ ਅਸੀਂ ਆਪਣਾ ਕਰਮ ਕਰਦੇ ਪਏ ਆ ਸਾਡਾ ਕਰਮ ਉਸ ਪਰਮਾਤਮ ਪਰਮਪਦਾ ਪਰਮਾਤਮਾ ਨੂੰ ਪਤਾ ਹੈ ਉਹ ਆਪੇ ਦੇਖੂਗਾ ਇੱਥੇ ਉਹ ਇੱਥੇ ਕਹਿੰਦੇ ਨੇ ਵੀ ਤੇਰਵੇਂ ਥੋੜੀ ਮੇਰੀ ਜਿਹੜੀ ਦੀ ਉਹ ਰੌਲੇ ਦੀ ਆਵਾਜ਼ ਆ ਸਕਦੀ ਆ ਜਦੋਂ ਮਾਰ ਮਾਰਦਾ ਨਾ ਉਹਦੀ ਆਵਾਜ਼ ਨਹੀਂ ਹੈਗੀ ਤੇ ਰੱਬ ਤੋਂ ਅੱਤ ਤੇ ਖੁਦਾ ਦਾ ਵੈਰਾ ਇਹ ਵੇਟਨ ਵਾਚ ਸਾਰਾ ਕੁਝ ਇੱਥੇ ਆ ਅਸੀਂ ਜਿੱਤਾਂਗੇ ਵੀ ਅਸੀਂ ਸਾਰਾ ਕੁਝ ਕਰਕੇ ਦਿਖਾਵਾਂਗੇ ਪਰ ਅੰਨੇ ਬੋਲਿਆਂ ਨੂੰ ਅਸੀਂ ਹੁਣ ਕਰਕੇ ਦਿਖਾਵਾਂਗੇ ਬੋਲਣ ਦੇ ਵਿੱਚ ਕੋਈ ਗਾਣਾ ਪਲਾਨ ਕਰ ਰਹੇ ਹਾਂ ਤੁਸੀਂ ਕਿਸਾਨੀ ਅੰਦੋਲਨ ਤੇ ਦੇਖੋ ਸਾਰੀਆਂ ਚੀਜ਼ਾਂ ਹਜੇ ਦੇਖੋ ਮੈਂ ਇੱਥੇ ਨਾ ਏਦਾਂ ਦੀ ਗੱਲ ਕਿਉਂ ਨਹੀਂ ਕਰਦਾ ਕਿਉਂਕਿ ਅਸੀਂ ਜਿਸ ਜਿੱਦਾਂ ਦਾ ਇੱਥੇ ਮਾਹੌਲ ਹੈ ਜਾਂ ਜਿੱਦਾਂ ਅਸੀਂ ਜਿਸ ਕੰਮ ਲਈ ਆਏ ਆ ਸਾਡੀ ਇੱਕੋ ਚੀਜ਼ ਹੈ ਸਿਰਫ ਅਸੀਂ ਅਵੇਅਰ ਜਿੰਨਾ ਕਰ ਸਕੀਏ ਕਿਸਾਨੀ ਅੰਦੋਲਨ ਲਈ 100% ਸਾਡਾ ਉਹਨਾਂ ਲਈ ਹੈ ਅਸੀਂ ਕਿਉਂਕਿ ਦੇਖੋ ਸਾਡਾ ਅਸੀਂ ਜੇ ਪ੍ਰੋਗਰਾਮ ਲਾਉਣ ਵੀ ਜਾਣੇ ਆ ਤਾਂ ਸਾਡੇ ਅੱਧੇ 90% ਪ੍ਰੋਗਰਾਮ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਹੁੰਦੇ ਨੇ ਉੱਥੋਂ ਦੀ ਆਡੀਅנס ਜੁੜੀ ਹੋਈ ਆ ਉਹਨਾਂ ਦੇ ਘਰ ਦਾ ਤਾਂ ਨਮਕ ਵੀ ਖਾਣੇ ਆ ਤੇ ਉਹ ਹਰਾਮ ਤਾਂ ਨਹੀਂ ਕਰ ਸਕਦੇ ਆ ਕਿ ਮੇਰੇ ਸਾਹਬ ਨਾਲ ਉਹਨਾਂ ਲਈ ਹੈਗੇ ਆ ਉਹਨਾਂ ਲਈ ਰਹਿਾਂਗੇ ਤੇ ਉਹਨਾਂ ਲਈ ਹੀ ਜਿਉਉਣੇ ਆ ਤੇ ਇਹ ਸਿਰਫ ਸਾਡਾ ਇੱਕ ਇਹ ਆ ਬਾਕੀ ਤੁਸੀਂ ਵੀ ਜ਼ਰੂਰ ਇਹਨਾਂ ਚੀਜ਼ਾਂ ਨੂੰ ਤੁਹਾਡੇ ਵੱਲੋਂ ਇੱਕ ਸਪੋਰਟ ਚਾਹੀਦੀ ਹੈ ਵੀ ਤੁਸੀਂ ਵੀ ਸਾਡੇ ਨਾਲੋਂ ਵੱਧ ਪਾਵਰ ਤੁਹਾਡੇ ਕੋਲ ਹੈ ਸਵਾਲ ਤੁਸੀਂ ਸਾਨੂੰ ਪੁੱਛਣ ਦੀ ਬਜਾਏ ਜਦੋਂ ਸਰਕਾਰਾਂ ਦੇ ਨੁਮਾਇੰਦੇ ਆਉਂਦੇ ਨੇ ਤਾਂ ਉਹਨਾਂ ਨੂੰ ਤੁਸੀਂ ਘੇਰ ਕੇ ਪੁੱਛਿਆ ਕਰੋ ਉਦੋਂ ਜ਼ਿਆਦਾ ਸਵਾਦ ਆ ਕਿਉਂਕਿ ਮੈਂ ਉਹਨਾਂ ਦੇ ਨੁਮਾਇੰਦੇ ਤਾਂ ਪ੍ਰੋਪਰ ਉਸਾਂ ਨਾਲ ਜਵਾਬ ਹੀ ਨਹੀਂ ਦੇ ਪਾਉਂਦੇ ਹੈਗੇ ਤਾਂ ਹੀ ਤਾਂ ਕਹਿ ਰਿਹਾ ਕਿ ਯੂਥ ਦਾ ਖਾਸ ਤੌਰ ਤੇ ਅਹਿਮ ਰੋਲ ਲੈਣਾ ਤਾਂ ਹੀ ਤੁਹਾਨੂੰ ਸਵਾਲ ਕੀਤਾ ਮੈਂ ਵੀ ਤੁਹਾਨੂੰ ਤਾਂ ਹੀ ਜਵਾਬ ਦਿੰਦਾ ਜੀ ਇਸੇ ਚੀਜ਼ ਦਾ ਮੈਂ ਤਾਂ ਹੀ ਜਵਾਬ ਦਿੰਦਾ ਜੇ ਤੁਹਾਨੂੰ ਨੁਮਾਇੰਦੇ ਜਵਾਬ ਨਹੀਂ ਦਿੰਦੇ ਤੇ ਤੁਸੀਂ ਇਸ ਇਹ ਤੈਨੂੰ ਐਕਸਪੈਕਟ ਕਰਦੇ ਵੀ ਮੈਨੂੰ ਸਰਕਾਰਾਂ ਦਾ ਜਵਾਬ ਪਤਾ ਆਊਗਾ ਨਹੀਂ ਨਹੀਂ ਪਤਾ ਨਹੀਂ ਇਹ ਚੀਜ਼ ਦੇਖੋ ਪਰਸਨਲੀ ਥੀ ਵਿਊਜ਼ ਮੈਂ ਤੁਹਾਨੂੰ ਦੇਤੇ ਮੈਂ ਮੈਂ ਪੋਲਿਟਿਕਸ ਪਸੰਦ ਆਦਮੀ ਨਹੀਂ ਆ ਮੈਂ ਜੇ ਮੈਂ ਪੋਲਿਟਿਕਸ ਨਹੀਂ ਪਸੰਦ ਕਰਦਾ ਜਿਹੜਾ ਬੰਦਾ ਇਨਸਾਨੀਅਤ ਨੂੰ ਪਸੰਦ ਕਰਦਾ ਉਹਨਾਂ ਦਾ ਬਿਜ਼ਨਸ ਨੂੰ ਪਸੰਦ ਕਰੂਗਾ ਤੇ ਨਾ ਕਮਰਸ਼ੀਅਲ ਕੁਝ ਚੀਜ਼ਾਂ ਪਸੰਦ ਕਰੂਗਾ ਉਹ ਸਿਰਫ ਇਹ ਹੀ ਦੇਖੂਗਾ ਵੀ ਮੈਂ ਮੈਂ ਵੰਡਣਾ ਔਰ ਮੈਂ ਸਰਬੱਤ ਦਾ ਭਲਾ ਮੰਗਣਾ ਤੇ ਇਹਦੇ ਲਈ ਮੈਨੂੰ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਇਹ ਵੀ ਮੈਂ ਕੀ ਕਰਦਾ ਮੈਂ ਮੇਰੇ ਕਰਮ ਨੇ ਜਿਹੇ ਜਿਹਾ ਮੈਂ ਕਰਦਾ ਪਈ ਉਹ ਚੀਜ਼ਾਂ ਮੇਰੇ ਨਾਲ ਨਾਲ ਟਰੈਵਲ ਕਰਦੀਆਂ ਪਈਆਂ ਨੇ ਔਰ ਸਾਰਿਆਂ ਦੇ ਨਾਲ ਇਹੀ ਆ ਅਸੀਂ ਮੈਂ ਵੀ ਇਹੀ ਸਿੱਖਿਆ ਤੁਸੀਂ ਮੇਰੇ ਤੋਂ ਵੱਡੇ ਹੋ ਤੁਹਾਡੇ ਸਾਰਿਆਂ ਦੇ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ ਨੇ ਪਰਿਵਾਰ ਦੇ ਜਿਹੜੇ ਉਹ ਕਹਿੰਦੇ ਨਾ ਵੀ ਸੰਸਕਾਰ ਹੁੰਦੇ ਨੇ ਤੇ ਇਹ ਚੀਜ਼ਾਂ ਹੀ ਨਾਲ ਜਾਂਦੀਆਂ ਨੇ ਤੇ ਮੈਂ ਤੁਹਾਨੂੰ ਕਿਸੇ ਜੇ ਮੈਂ ਅੱਜ ਇੱਕ ਚੀਜ਼ ਇੱਕ ਗੱਲ ਦਾ ਜਵਾਬ ਦਿਓ ਮੈਨੂੰ ਅੱਜ ਨਿੰਜਾ ਜੇ ਕਿਤੇ ਖੜ ਕੇ ਇਹ ਗੱਲ ਕਹਿ ਦੇਵੇ ਵੀ ਮੈਂ ਜੀ ਆ ਚੀਜ਼ ਕਰਦਾ ਵਾਂ ਤਾਂ ਤੁਹਾਨੂੰ ਵੀ ਪਤਾ ਨਾ ਦੁਨੀਆ ਦੋ ਦੋ ਮੂਹੇ ਤਲ ਇਦਨੋਂ ਵੀ ਸੱਜੋਂ ਵੀ ਚਲਦੀ ਆ ਕੱਬੀੋਂ ਵੀ ਚਲਦੀ ਆ ਤੇ ਮੈਂ ਜੋ ਉਸ ਚੀਜ਼ ਦੇ ਵਿੱਚ ਪੈਣਾ ਹੀ ਨਹੀਂ ਚਾਹੁੰਦਾ ਤੁਸੀਂ ਮੈਨੂੰ ਕਿਉਂ ਪਾਣਾ ਨਹੀਂ ਨਹੀਂ ਮੈਂ ਵੈਸੇ ਇੱਕ ਜਸਟ ਇੱਕ ਸਰਸਰੀ ਇੱਕ ਗੱਲ ਕੀਤੀ ਇਹ ਗੱਲ ਕਰ ਰਿਹਾ ਤੁਹਾਡੇ ਨਾਲ ਮੈਂ ਸਾਨੂੰ ਤੁਹਾਡਾ ਉਹਦੇ ਉਹ ਨਹੀਂ ਕਹਿ ਰਿਹਾ ਸੋ ਤੁਸੀਂ ਵੀ ਅਵੇਅਰ ਕਰੋ ਅੱਜ ਦਾ ਟਾਈਮ ਬਹੁਤ ਸਾਡੇ ਤੇ ਮਾੜਾ ਹੈ ਤੁਹਾਡੀ ਸਾਰਿਆਂ ਦੀ ਲੋੜ ਹੈ ਔਰ ਅਸੀਂ ਸਾਰੇ ਜਣੇ ਇਸ ਸੇਵਾ ਦੇ ਵਿੱਚ ਲੱਗੇ ਹੋਏ ਤੇ ਮੈਂ ਸਾਰਿਆਂ ਨੂੰ ਕਹਿੰਦਾ ਵੀ ਇਸ ਸੇਵਾ ਨੂੰ ਜਿੰਨਾ ਲੁੱਟ ਸਕਦੇ ਆ ਲੁੱਟ ਲਓ ਔਰ ਜੋ ਚੰਗੇ ਕਰਮ ਅਸੀਂ ਕਰ ਸਕਦੇ ਸਾਰੇ ਸਾਡਾ ਅੱਗਾ ਪਿੱਛਾ ਦੋਵੇਂ ਸੁਧਰ ਜਾਣਾ ਸਿੱਕੇ ਬੋਬੋਤਨ ਵਾਧਾ ਨੀਜਾ ਜੀ ਤਾਈ ਸਰ ਨੀਜਾ ਜੀ ਨੇ ਸਾਫ ਤੌਰ ਤੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਜੋ ਵੀ ਸਾਡੇ ਤੋਂ ਪਰਾਲੇ ਕੀਤੇ ਜਾ ਰਹੇ ਨੇ ਉਹ ਲਗਾਤਾਰ ਅਸੀਂ ਕਰ ਰਹੇ ਹਾਂ ਕੈਮਰਾਮੈਨ ਸਮੀਰ ਦੇ ਨਾਲ ਗੁਰਪ੍ਰੀਤ ਸਿੰਘ ਲਿਵਿੰਗ ਇਨ న్యూਸ ਚੰਡੀਗੜ੍ਹ ਫ੍ਰੀ ਫ੍ਰੀ ਕਰ ਬੈਠੇ ਸਮਾਧਾਨ ਮੀਆਂ ਰਹੀਮ ਮੁਹੰਮਦ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੋਹਾਨੀ ਤੇ ਕਾਲੇ ਲੰਮ ਦੇ ਬਾਦਸ਼ਾ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋਹਨੀ ਵਸ਼ਿਕਰਣ ਕਰਵਾਓ ਮਨ ਚਾਹ ਪਿਆਰ ਪਾਓ ਲਵ ਮੈਰਿਜ ਸੋਤਨ तलाक केस जमीनी झगड़ा नौकरी कारोबार विदेश यात्रा लॉटरी तो धन मिलेगा या नहीं सच्चाई जानो लॉटरी नंबर तो हर गल सौ फीसदी गुप्त रखी जाएगी प्यार तो खाए प्रेमी प्रेमिका एक बार जरूर मिलो मैं तोडा प्यार टूटन नहीं देगा मोबाइल अठासी सात उनासी दो कानवे मोबाइल अठासी सात उनासी दो कानवे